ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਨੋਟ ਕਰਨ ਕਿ ਸੋਮਵਾਰ ਨੂੰ ਜਿਹੜਾ ਪੇਪਰ ਹੋਣਾ ਸੀ ਯੂਨੀਵਰਸਿਟੀ ਵੱਲੋਂ ਮੁਲਤਵੀ ਕਰ ਦਿੱਤਾ ਹੈ ਸੋ ਇਹਦੀ ਅਪਡੇਟ ਯੂਨੀਵਰਸਿਟੀ ਪੋਰਟਲ ਦੇ ਉੱਪਰ ਅਪਡੇਟ ਹੋ ਚੁੱਕੀ ਹੈ ਸੋ ਜਿੰਨੇ ਵੀ ਗੁਨਾਦੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਉਹ ਨੋਟ ਕਰ ਲੈਣ ਕਿ ਗੁਨਾਦੇ ਯੂਨੀਵਰਸਿਟੀ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਰਿਆਂ ਨੂੰ ਸੂਚਿਤ ਕੀਤਾ ਗਿਆ ਗੁਨਾਦੇ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪਹਿਲਾਂ ਨੈਟ ਜਿਹੜੀਆਂ ਅਪਲੋਡ ਕੀਤੀਆਂ ਗਈ ਸੀ ਡੇਟਸ਼ੀਟ ਉਹਨਾਂ ਦੇ ਵਿੱਚੋਂ ਜਿਹੜਾ 6 6 2022 ਯਾਨੀ ਕਿ ਸੋਮਵਾਰ ਨੂੰ ਜਿਹੜਾ ਪੇਪਰ ਹੋਣਾ ਪ੍ਰੈਕਟੀਕਲ ਪ੍ਰੀਖਿਆਵਾਂ ਜਿਹੜੇ ਕਿ ਅੰਡਰ ਕ੍ਰੈਡਿਟ ਬੇਸ ਸਿਸਟਮ ਐਵੈਲੂਏਸ਼ਨ ਸਿਸਟਮ ਨੇ ਉਹ ਮੁਲਤਵੀ ਕਰ ਦਿੱਤੀਗੇ ਸੋ ਕੁਝ ਵਿਦਿਆਰਥੀ ਜਿਹੜੇ ਨੇ ਡਾਊਟ ਦੇ ਵਿੱਚ ਹਨ ਕਿ ਸਾਰੇ ਪੇਪਰ ਜਿਹੜੇ ਨੇ ਪੋਸਟਪੋਨ ਹੋ ਗਏ ਨੇ ਤਾਂ ਸਾਰੀਆਂ ਐਗਜ਼ਾਮਸ ਦੇ ਵਿੱਚੋਂ ਸਿਰਫ ਸੋਮਵਾਰ ਵਾਲਾ ਜਿਹੜਾ ਪੇਪਰ ਹੈ ਉਹ ਪੋਸਟਪੋਨ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਜਿਹੜੇ ਕੋਰਸ ਦੇ ਵਿੱਚ ਆ ਰਹੇ ਕੋਰਸਾਂ ਦੇ ਮਿਤੀ 6 6 ਨੂੰ ਪੇਪਰ ਸੀ ਯਾਨੀ ਕਿ ਸੋਮਵਾਰ ਨੂੰ ਜਿਹੜਾ ਵੀ ਥਿਊਰੀ ਦੀਆਂ ਪ੍ਰੀਖਿਆਵਾਂ ਹੋਣੀਆਂ ਸਨ ਉਹਨਾਂ ਦੀ ਨਵੀਂ ਡੇਟ ਯੂਨੀਵਰਸਿਟੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਨਵੀਂ ਡੇਟ ਜਿਹੜੀ ਹੈ 12 ਜਿਹੜਾ ਪਹਿਲਾ ਵਾਲਾ ਸਮਾਂ ਹੈ ਯਾਨੀ ਕਿ 6 ਤਰੀਕ ਵਾਲਾ ਸਮਾਂ ਉਸੇ ਟਾਈਮ ਦੇ ਉੱਪਰ ਔਰ ਉਹੀ ਸੇਮ ਪ੍ਰੀਖਿਆ ਕੇਂਦਰ ਦੇ ਉੱਪਰ ਹੀ ਹੋਵੇਗਾ ਗੁਰਨਾਥ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਨੇ gndu.ac.in एग्जामिनेशन डेट डेट शीट नोटिफिकेशन ਤੇ ਜਾ ਕੇ ਵੀ ਇਹ डेट शीट ਨੂੰ ਪ੍ਰਾਪਤ ਕਰ ਸਕਦੇ ਨੇ ਸੋ ਪ੍ਰੀਖਿਆ ਦਾ ਸਮਾਂ ਤੇ ਕੇਂਦਰ ਪਹਿਲੇ ਵਾਲਾ ਹੀ ਰਹੇਗਾ ਸੋ ਸਾਰੇ ਵਿਦਿਆਰਥੀ ਨੋਟ ਕਰ ਲੈਣ ਕਿ ਸੋਮਵਾਰ ਵਾਲ ਜਿਹੜਾ ਪੇਪਰ ਹੈ ਉਹ ਪੋਸਟਪੋਨ ਹੋ ਚੁੱਕਿਆ ਹੈ ਔਰ ਉਹਦੀ ਜਗ੍ਹਾ ਤੇ ਜਿਹੜਾ ਪੇਪਰ ਹੈ ਹੁਣ 12/7/2022 ਨੂੰ ਹੋਵੇਗਾ ਸੋ ਐਸ ਦੀਆਂ ਲੇਟੈਸਟ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਸੋ ਅੱਜ ਦੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ